ਏਰੀਏ ਚੋਂ ਫਿਰਦੇ ਆ ਭੈਣ ਕਰਦੇ ਸਿੱਧ ਲੈਣਾ ਸਿੱਧੂ ਨੂੰ ਪੈਨਰਾਂ ਦੇ ਨਾਲ ਤਾਂ ਵੀ ਗਾਣੇ ਵੱਜਦੇ ਭਾਈਆਂ ਵਾਂਗੂ ਮਾਣ ਮਿੱਤੇ ਸਾਜਿਸ਼ਾਂ ਦੇ ਨਾਲ ਸਾਲੇ ਚਾਹੁੰਦੇ ਆ ਹਰਾਉਣਾ ਤੁਸੀਂ ਇਹਦੇ ਨੇ ਕਦੇ ਨੀ ਆਉਣਾ ਸਿਸਟਮ ਬਣ ਗਿਆ ਆਪਸ ਤੂੰ ਵੀ ਨਾਂਗਾ ਜਿਹਨੂੰ ਆਪਣੇ ਆਪ ਵਿੱਚ ਭਰ ਭਰ ਕੇ ਆਇਆ ਉਹ ਵੀ ਨਾਂਗਾ ਤੂੰ ਵੀ ਨਾਂਗਾ ਜਿਹਨੂੰ ਲੋਹਾ ਲਾਖਾ ਕਰਕੇ ਆਇਆ ਉਹ ਭਾਈ ਉਹ ਵੀ ਵਾਂਗਾ ਤੂੰ ਵੀ ਵਾਂਗਾ ਟੈਮ ਨਾਲ ਦਿਲ ਮੰਗਲਾ ਨਰਿੰਦਰ ਓਏ ਹਾਲੇ ਉਹ ਵੀ ਯੰਗਾ ਤੂੰ ਵੀ ਯੰਗਾ ਅਨਲਿਮਿਟਡ ਗਿਆਨ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਤਾਂ ਕੁਝ ਸਮਾਂ ਪਹਿਲਾਂ ਉਹਨਾਂ ਦੀ ਇੱਕ ਐਲਬਮ ਲੀਕ ਹੋਈ ਸੀ ਮਾਫੀਆ 47 ਜਿਸ ਕਰਕੇ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਸੀ ਕਿਉਂਕਿ ਇਸ ਗਾਣੇ ਦੇ ਇੱਕ ਬੋਲ ਸਨ ਰਾਹ ਭੁੱਲ ਜਾਏਗੀ ਤੂੰ ਰਾਏ ਕੋਟ ਅਤੇ ਬਾਠਾਂ ਦੇ ਜਿਸ ਤੋਂ ਸਿੱਧਾ ਮਤਲਬ ਇਹ ਲਿਆ ਗਿਆ ਕਿ ਸਿੱਧੂ ਮੂਸੇਵਾਲੇ ਨੇ ਹੈਪੀ ਰਾਏ ਕੋਟੀ ਅਤੇ ਨਰਿੰਦਰ ਬਾਠ ਨੂੰ ਰਿਪਲਾਈ ਕੀਤਾ ਹਾਲਾਂਕਿ ਉਦੋਂ ਤੋਂ ਹੀ ਇਹ ਦੋਵੇਂ ਜੋ ਵੱਡੇ ਰਾਈਟਰ ਹਨ ਪੰਜਾਬ ਦੇ ਇਹਨਾਂ ਦੇ ਜਵਾਬ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਆਖਿਰ ਉਹ ਸਿੱਧੂ ਮੂਸੇਵਾਲੇ ਦੇ ਇਸ ਰਿਪਲਾਈ ਬਾਰੇ ਕੀ ਕਹਿਣਗੇ ਪਰ ਜਿਵੇਂ ਕਿ ਪਹਿਲਾਂ ਹੈਪੀ ਰਾਏ ਕੋਟੀ ਵੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਹ ਦੱਸ ਚੁੱਕੇ ਹਨ ਕਿ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਫੋਨ ਕਰਕੇ ਖੁਦ ਦੱਸ ਚੁੱਕੇ ਹੈ ਕਿ ਉਹਨਾਂ ਨੇ ਇਹ ਗਾਣਾ 2014-15 ਦੇ ਵਿੱਚ ਲਿਖਿਆ ਸੀ ਅਤੇ ਉਹ ਰਿਲੀਜ਼ ਨਹੀਂ ਕਰਨਾ ਚਾਹੁੰਦੇ ਸਨ ਪਰ ਕਿਉਂਕਿ ਇਹ ਐਲਬਮ ਲੀਕ ਹੋ ਗਈ ਸੀ ਇਸੇ ਕਰਕੇ ਗਾਣਾ ਵੀ ਲੀਕ ਹੋ ਕੇ ਸਾਹਮਣੇ ਆ ਗਿਆ ਉਸ ਤੋਂ ਬਾਅਦ ਹੁਣ ਨਰਿੰਦਰ ਬਾਠ ਦੀ ਵੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਆਪਣੇ ਰਿਲੇਸ਼ਨਾਂ ਬਾਰੇ ਕਾਫ਼ੀ ਜ਼ਿਆਦਾ ਖੁਲਾਸੇ ਕੀਤੇ ਹਨ ਸੋ ਬਿਨਾਂ ਤੁਹਾਡਾ ਹੋਰ ਸਮਾਂ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਹੁਣ ਨਰਿੰਦਰ ਬਾਠ ਦੀ ਇਸ ਇੰਟਰਵਿਊ ਵੱਲ ਬਾਕੀ ਤੁਸੀਂ ਇਸ ਸਾਰੇ ਮਸਲੇ ਬਾਰੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਅਤੇ ਨਾਲ ਇੰਡਸਟਰੀ ਦੀ ਹਰ ਖਬਰ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਵੀ ਆਨ ਕਰ ਲੈਣਾ ਇੱਦਾਂ ਹੀ ਜਦੋਂ ਇੱਕ ਬੱਚਾ ਗਾਣੇ ਲਿਖਦਾ ਹੈ ਨਾ ਸਿੱਧੂ ਜਦੋਂ ਸਟਾਰਟਿੰਗ ਦੇ ਵਿੱਚ ਮਤਲਬ ਉਹਨੇ ਅਸੀਂ ਆਪ ਵੀ ਇਹ ਗੱਲ ਸ਼ੇਅਰ ਕੀਤੀ ਹੋਈ ਆ ਪਹਿਲੀ ਮੁਲਾਕਾਤ ਉਹਨੇ ਸ਼ੇਅਰ ਕਰਤੀ ਤੇ ਉਹਨਾਂ ਦਿਨਾਂ ਜਿਹਨੂੰ ਲੱਗਦਾ ਹੋਊਗਾ ਉਹਨੂੰ ਨਹੀਂ ਵਧੀਆ ਲੱਗਦਾ ਹੋਣਾ ਉਹਨੇ ਲੈਨ ਪਾਤੀ ਵੀ ਆਏ ਹਨਾ ਉਹ ਸਾਈਕੀ ਆ ਯਾਰ ਕੁਛ ਵੀ ਲਿਖ ਸਕਦਾ ਬੰਦਾ ਕੋਈ ਆਏ ਥੋੜ੍ਹਾ ਕੋਈ ਕਿਸੇ ਨੂੰ ਵੀ ਹੁਣ ਉਹ ਜਦੋਂ ਅਸੀਂ ਮਿਲੇ ਹੈ ਨਾ ਪਹਿਲੀ ਗੱਲ ਤਾਂ ਯਾਰ ਉਹਦੀ ਇਹ ਬਹੁਤ ਮੈਨੂੰ ਘੈਂਟ ਲੱਗੀ ਗੱਲ ਸਿੱਧੂ ਦੀ ਵੀ ਯਾਰ ਉਹਨੇ ਆਪ ਆਇਆ ਉਹ ਫਿਰ ਮੁੰਡੇ ਮੁੰਡੇ ਵਾਲੇ ਨਹੀਂ ਲੈ ਕੇ ਆਇਆ ਤੇ ਜਿਵੇਂ ਤੇ ਜਦੋਂ ਆਇਆ ਉਹ ਆਉਣ ਤੋਂ ਬਾਅਦ ਮੰਨ ਲਓ ਅਸੀਂ ਮਿਲੇ ਮਿਲਣ ਤੋਂ ਬਾਅਦ ਸਾਡਾ ਇੱਕ ਮਿੱਤਰਤਾ ਵਾਲਾ ਸਿਸਟਮ ਬਣ ਗਿਆ ਆਪਸ 'ਚ ਸਾਨੂੰ ਇੱਕ ਦੂਜੇ ਨੂੰ ਗੁੱਡ ਵਾਈਬ ਆਉਣ ਲੱਗ ਗਈ ਮੁਲਾਕਾਤਾਂ ਵੱਧ ਗਈਆਂ ਹੈ ਨਾ ਹੈ ਨਾ ਉਹ ਸਤਿਕਾਰ ਉਹਨੇ ਮੈਨੂੰ ਪਰਖਿਆ ਹੋਣਾ ਜਾਂ ਹੈ ਨਾ ਉਹ ਮੈਨੂੰ ਸਤਿਕਾਰ ਲੱਗ ਗਿਆ ਦੇਣ ਤੇ ਮੈਂ ਇੱਧਰੋਂ ਜਿਵੇਂ ਇੱਕ ਕਮਾਂਡ ਬੰਦਾ ਹੁੰਦਾ ਹੈ ਨਾ ਮੈਂ ਸਾਡੇ ਜਾਣੀ ਰੋਜ਼ ਗੱਲ ਹੁੰਦੀ ਸੀ ਵਧੀਆ ਲੈਵਲ 'ਤੇ ਅਤੇ ਸਾਡੀ ਇਹ ਵੀ ਗੱਲ ਹੋ ਰਹੀ ਆ ਹੁਣ ਇਹਨਾਂ ਦਿਨਾਂ 'ਚ ਵੀ ਹੈ ਨਾ ਵੀ ਜਿਹੜੇ ਤੁਹਾਡੇ ਗਾਣੇ ਆ ਵੀ ਆਪਾਂ ਨੂੰ ਹੁਣ ਇਹਨਾਂ ਨੂੰ ਇਹਨਾਂ ਦਾ ਟ੍ਰੀਟਮੈਂਟ ਵਧੀਆ ਕਰਦੇ ਹਾਂ ਵੀ ਵਧੀਆ ਟ੍ਰੀਟਮੈਂਟ ਲੈ ਕੇ ਆ ਵੀ ਹੋਰ ਵੀ ਵਧੀਆ ਕੁਛ ਵਧੀਆ ਜਿਹਾ ਕਰਕੇ ਮਤਲਬ ਇੱਦਾਂ ਅਸੀਂ ਇੱਕ ਦੂਜੇ ਨਾਲ ਐਵੇਂ ਵਰਤ ਰਹੇ ਹਾਂ ਅਤੇ ਦੁਖਾਂਤ ਇਹ ਆ ਵੀ ਉੱਧਰ ਇਹ ਐਕਸੀਡੈਂਟ ਹੋ ਗਿਆ ਉਹਦਾ ਗਾਣਾ ਲੀਕ ਹੋ ਗਿਆ ਕਿਉਂਕਿ ਓਫੀਸ਼ੀਅਲੀ ਉਹਨੇ ਪਾਇਆ ਨਹੀਂ ਨਾ ਅੱਜ ਵੀ ਇਕੱਠੇ ਸੀ ਕੱਲ ਨੂੰ ਵੀ ਇਕੱਠੇ ਸੀ ਅਗਲਾ ਕੁਸ਼ਚਨ